ਹਾਂਜੀ ਦੋਸਤੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਸੋ ਦੋਸਤੋ, ਅੱਜ ਪਹੁੰਚੇ ਹਾਂ ਪਿੰਡ ਮਾਣੇ, ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨ ਤਾਰਨ ਸਾਹਿਬ। ਵੀਰ ਨਿਸ਼ਾਨ ਸਿੰਘ ਉਹਨਾਂ ਦੇ ਘਰ ਆਏ ਹਾਂ ਦੋਸਤੋ। ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ, ਪਸ਼ੂ ਵਪਾਰ ਦਾ ਕੰਮ, ਪਸ਼ੂ ਇਸੇ ਤਰ੍ਹਾਂ ਰੂਟੀਨ ਦੇ ਵਿੱਚ ਇਸ ਘਰ ਆਉਂਦੇ ਰਹਿੰਦੇ ਆ। ਅੱਜ ਇਸ ਕਵਰੇਜ ਵਿੱਚ ਦੋਸਤੋ ਦੋ ਪਸ਼ੂ ਤੁਹਾਨੂੰ ਦਿਖਾਉਣੇ, ਇੱਕ ਜਰਸੀ ਵੈੜ ਦਿਖਾਵਾਂਗੇ, ਇੱਕ HF ਕਰੋਸ ਅੰਗ ਦੇ ਵਿੱਚ ਵੈੜ ਆ, ਕਾਫੀ ਵੱਡੀ ਵੈੜ ਆ, ਇਹ ਸੂਈ ਸਵਾਈ ਹੈ, ਅਤੇ ਇੱਕ ਜਰਸੀ ਜਿਹੜੀ ਇਹ ਗੱਬਣ ਵੈੜ ਆ। ਤਿਆਰੀ 'ਤੇ ਆ, ਪਰ ਹਜੇ ਵੀ ਦਿਨ ਬਾਕੀ ਆ ਸੂਣ ਦੇ ਵਿੱਚ, ਉਹ ਡਿਟੇਲ ਆਪਾਂ ਵੀਰ ਨਿਸ਼ਾਨ ਦੇ ਨਾਲ ਗੱਲਬਾਤ ਕਰ ਲਾਂਗੇ। ਅੱਜ 8 ਮਾਰਚ ਆ ਦੋਸਤੋ, ਸਮਾਂ ਕੋਈ ਸ਼ਾਮ ਦੇ 5:30-6 ਵਜੇ ਦਾ। ਬਾਕੀ ਪਸ਼ੂ ਦੋਵੇਂ ਚੰਗੇ ਆ, ਖਰੇ ਪਸ਼ੂ ਆ। ਜੇਕਰ ਕੋਈ ਵੀਰ ਗੱਬਣ ਵੈੜ ਖਰੀਦਣ ਦੋਸਤੋ ਆ ਰਹੇ ਹੋ ਤੁਸੀਂ, ਤਾਂ ਬਿਲਕੁਲ ਚੌਂ ਥਾਂ ਦੀ ਤਿੱਪ ਕੇ ਆਪਣੀ ਤਸੱਲੀ ਕਰ ਲਿਓ। ਅਤੇ ਇੱਕ ਜਿਹੜੀ ਇਹ ਸੂਈ ਸੁਆਈ ਵੈੜ ਆ, ਠੀਕ ਆ ਜੀ, ਦੋ ਡੰਗ ਚੋਲੋ, ਇੱਕ ਟਾਈਮ ਚੋਲੋ, ਉਹ ਤੁਹਾਡਾ ਹੱਕ ਬਣਦਾ। ਆਪਣਾ ਜਿਹੜਾ ਦੋਸਤੋ ਇੱਕ ਕ੍ਰਾਈਟੇਰੀਆ ਜ਼ਰੂਰ ਪੂਰਾ ਕਰ ਲਿਆ ਕਰੋ, ਠੀਕ ਆ। ਮੱਲੀਆਂ ਪਿੰਡ ਬਿਲਕੁਲ ਨਜ਼ਦੀਕ ਆ, ਵਿਧੀ ਚੰਦ ਸ਼ੀਨਾ ਪਿੰਡ ਥੋੜ੍ਹੀ ਦੂਰੀ 'ਤੇ ਆ, ਭੁੱਚਰ ਪਿੰਡ ਦੀ ਦੂਰੀ ਥੋੜ੍ਹੀ ਆ ਇਸ ਪਿੰਡ ਤੋਂ, ਅਤੇ ਸੁਰ ਸਿੰਘ ਤੋਂ ਕੋਈ 2 ਕੁ ਕਿਲੋਮੀਟਰ ਦੀ ਦੂਰੀ ਆ, ਭਿੱਖੀ ਪਿੰਡ ਤੋਂ ਕੋਈ 8-9 ਕੁ ਕਿਲੋਮੀਟਰ ਦੀ ਦੂਰੀ ਆ ਪਿੰਡ ਮਾਣੇ ਦੀ। ਆਓ ਲੈਂਦੇ ਹਾਂ ਬਥੇਰੇ ਡਿਟੇਲ ਵੀਰ ਨਿਸ਼ਾਨ ਦੇ ਨਾਲ ਗੱਲਬਾਤ ਕਰਕੇ। ਨਿਸ਼ਾਨ ਵੀਰੇ, ਕੀ ਹਾਲ ਨੇ? ਸਤਿ ਸ਼੍ਰੀ ਅਕਾਲ ਸੰਧੂ ਸਾਹਿਬ, ਸਤਿ ਸ਼੍ਰੀ ਅਕਾਲ, ਕੀ ਹਾਲ ਜੀ? ਬਹੁਤ ਵਧੀਆ, ਬਹੁਤ ਵਧੀਆ ਵੀਰ। ਨਿਸ਼ਾਨ ਸਿੰਘ ਠੀਕ ਠਾਕ? ਵਧੀਆ ਵਧੀਆ ਵੀਰ ਜੀ, ਠੀਕ ਆ। ਅੱਛਾ ਨਿਸ਼ਾਨ ਵੀਰੇ, ਪਸ਼ੂ ਆਉਂਦੇ ਰਹਿੰਦੇ ਆਪਣੇ ਕੋਲ ਇਸੇ ਤਰ੍ਹਾਂ? ਹਾਂਜੀ ਵੀਰ ਜੀ, ਹਾਂਜੀ, ਠੀਕ ਆ। ਤੇ ਅੱਜ ਆਪਣੇ ਕੋਲ 2 ਬੈੜਾ, ਇੱਕ ਸੂਈ ਹੈ ਤੇ ਇੱਕ ਗੱਬਣ ਆ। ਹਾਂਜੀ, ਇਹ ਜਰਸੀ ਗੱਬਣ ਆ ਜੀ, ਠੀਕ ਹੈ, ਤੇ HF ਦੇ ਵਿੱਚ ਜਿਹੜੀ ਉਹ ਵਿਧੀ ਸੂਈ ਆ ਜੀ, ਠੀਕ ਹੈ ਜੀ। ਹਾਂਜੀ, ਲਓ ਦੱਸੋ, ਵੈੜਾਂ ਦੋਵੇਂ ਖਰੀਆਂ ਨੇ। ਬਾਕੀ ਬਹੁਤ ਵੀਰ ਡਿਮਾਂਡ ਕਰਦੇ ਵੀ ਜਰਸੀ ਵੈੜ ਖਰੀਦਣ ਦੀ, ਜਰਸੀ ਵੈੜ ਤੁਹਾਨੂੰ ਦਿਖਾਵਾਂਗੇ, ਬਹੁਤ ਸੋਹਣਾ ਥਣ ਦੇਵਾ। ਬਾਕੀ ਥਣ ਦੀ ਕੁਆਲਿਟੀ ਕਾਫੀ ਚੰਗੀ ਆ, ਕਿਉਂਕਿ ਬਹੁਤੇ ਥਾਵਾਂ ਤੇ ਘਰੇ ਬੀਬੀਆਂ ਨੇ ਚਵਾਈ ਕਰਨੀ ਹੁੰਦੀ ਆ, ਲੇਡੀਜ਼ ਨੇ ਚਵਾਈ ਕਰਨੀ ਹੁੰਦੀ ਆ, ਤੇ ਇਹ ਸੰਧੂ ਸਾਹਿਬ ਅੱਗੇ ਥਣ ਦੀ ਕੁਆਲਿਟੀ ਇੰਨੀ ਜਾਈ ਠੰਡੀ ਆ ਨਾ, ਇਹਨੂੰ ਲੱਤ ਮਾਰਨ ਦਾ ਕਰਮਾਲੀ ਨੂੰ ਪਤਾ ਹੀ ਨਹੀਂ। ਇੱਧਰ ਲਓ ਜੀ, ਜਿੱਦਾਂ ਮਰਜ਼ੀ ਭਾਵੇਂ ਥੱਲੇ ਨਿਆਣਾ ਬਹਿ ਜੇ, ਕੋਈ ਚੱਕਰ ਹੀ ਨਹੀਂ ਆ। ਲੈ ਵੀ ਠੀਕ ਆ, ਮੈਡਮ ਵੀ ਇਹੋ ਜੀ ਨਿਸ਼ਾਨ ਬੈਠ ਦੀ, ਚਲੋ ਜਿੰਨੀ ਸਿਫਤ ਕਰ ਲਓ ਉਨੀ ਥੋੜ੍ਹੀ ਆ, ਬੱਚਾ ਬਹਿ ਕੇ ਵੀ ਚਵਾਈ ਕਰਕੇ ਉੱਠ ਸਕਦਾ। ਹਾਂਜੀ ਹਾਂਜੀ ਹਾਂਜੀ, ਠੀਕ ਆ। ਤੇ ਬਾਕੀ ਦੋਸਤੋ ਵੈੜ ਇਹ ਦੂਜੇ ਸੂਹੇ ਸੁਣੀ ਹੁਣ? ਹਾਂਜੀ, ਦੂਜੇ ਸੂਹੇ ਸੁਣੀ ਆ, ਕੰਨੀ ਵਾਲੇ ਦੰਦ ਬਰਾਬਰ ਕਰਨ ਦੀ ਆ ਸੰਧੂ ਸਾਹਿਬ ਵੱਲੇ ਜੀ। ਠੀਕ ਹੈ ਜੀ, ਹਾਂਜੀ। ਲਓ ਦੋਸਤੋ, ਕੰਨੀ ਵਾਲੇ ਦੰਦ ਬਰਾਬਰ ਚੱਕਣ ਡਈ ਆ, ਜੇ ਬਰਾਬਰ ਕੀਤੇ ਨੀਗੇ। ਪਹਿਲੇ ਸੂਹੇ ਦਾ ਇਹਦਾ ਸੰਧੂ ਸਾਹਿਬ 16 ਕਿਲੋ ਦਾ ਰਿਕਾਰਡ ਹੀ ਘਰ ਵਾਲਿਆਂ ਦਾ ਜੀ। ਅੱਛਾ ਜੀ, ਤੇ ਬਾਕੀ ਥਣ ਭਾਂਡੇ ਤੋਂ ਵੀ ਜਾਪਦੀ ਆ ਵੀ 17-18 ਕਿਲੋ ਦੁੱਧ ਕਰੂਗੀ ਜੀ। ਠੀਕ ਹੈ ਜੀ, ਹਾਂਜੀ, ਹਲੇ ਢਿੱਲ ਢੁੱਲੀ ਵਾਹ ਵਾਹ ਬਾਨੇ ਦੇ ਵਿੱਚ ਆਈ ਦੇਖੋ। ਲਓ ਜੀ, ਕਿੱਥੇ ਢਿੱਲਾਂ ਢੁੱਲਾਂ ਵੇਖੋ ਕਿੱਡੀਆਂ। ਲਓ ਜੀ, ਅੱਛਾ ਨਿਸ਼ਾਨ, ਅਜੇ ਵੀ ਜੇਕਰ ਆਪਾਂ ਅਕਾਊਂਟ ਕਰੀਏ ਦਿਨ ਕਿੰਨੇ ਕੁ ਲੈ ਜੂ ਵੈਸੇ? ਅਜੇ ਵੇਖੋ, ਮੇਰੇ ਹਿਸਾਬ 'ਚ ਜਿਵੇਂ ਢਿੱਲਾਂ ਢੁੱਲਾਂ ਵੀਰ ਜੀ, ਹਫ਼ਤਾ 5 ਦਿਨ ਹਫ਼ਤਾ ਇੱਥੇ ਖੜ ਸਕਦੀ ਹੈ ਜੀ। ਠੀਕ ਹੈ ਜੀ, ਹਾਂਜੀ, ਠੀਕ ਹੈ। ਲਓ ਦੋਸਤੋ, ਹਫ਼ਤਾ 5-6 ਦਿਨ ਇੱਥੇ ਸਮਾਂ ਲੈ ਜੂਗੀ। ਇੱਕ ਹਫ਼ਤੇ ਦੇ ਅੰਦਰ ਅੰਦਰ ਮੰਨ ਕੇ ਚਲੋ ਵੀ ਜਿਹੜੀ ਇਹ ਸੂਪ ਹੋਊਗੀ ਕਰਮਾ, ਹਾਂਜੀ, ਬਾਕੀ ਇੱਕ ਹਫ਼ਤੇ ਦੇ ਅੰਦਰ ਅੰਦਰ ਬਣੂਗੀ ਕਾਫੀ, ਕਿਉਂਕਿ ਹਜੇ ਢਿੱਲ ਕਾਫੀ ਆ, ਹਜੇ ਲੇਵਾ ਦੋਸਤੋ ਜੇਕਰ ਆਪਾਂ ਗਿਣੀਏ ਤਾਂ ਕੋਈ 50-60-70% ਜਿਹੜਾ ਹਜੇ ਲੇਵਾ ਬਣ ਕੇ ਤਿਆਰ ਆ, ਕੋਈ 5-6 ਦਿਨਾਂ ਦੇ ਵਿੱਚ ਪੂਰੀ ਕਰਮਾ ਲਈ ਤਿਆਰੀ ਕਰ ਜੂਗੀ। ਫੇਸ ਮੈਂ ਇੱਕ ਵਾਰੀ ਤੁਹਾਨੂੰ ਥੋੜ੍ਹਾ ਹੋਰ ਨੇੜੇ ਤੋਂ ਦਿਖਾ ਦਾਂ, ਫੇਸ ਬਿਲਕੁਲ ਛੋਟਾ ਜਿਹਾ ਫੇਸ ਆ, ਅਤੇ ਛੋਟੇ ਜਿਹੇ ਕੰਨ ਆ। ਲਓ ਜੀ, ਠੀਕ ਆ, ਬਾਕੀ ਨਸਲ ਬਰੀਡ ਪੂਰੀ ਆ। ਬਾਕੀ ਥਾਣੇ ਇੱਕ ਵਾਰੀ ਤੁਹਾਨੂੰ ਥੋੜ੍ਹਾ ਨੇੜਿਓਂ ਦਿਖਾਈਏ, ਥਾਣ ਬਹੁਤ ਸੋਹਣਾ, ਠੀਕ ਆ ਜੀ, ਨਿਆਣਾ ਭਾਗੇ ਥੱਲੇ ਵਿਖਾ ਦਿੰਦੇ ਹਾਂ, ਨਿਆਣਾ ਭਾਗੇ। ਲਓ ਜੀ, ਬਦਲ ਬਦਲ ਕੇ ਪਾਓ, ਮੈਂ ਨਾ ਵੀ ਗੱਲ, ਨਿਆਣਾ ਭਾਗੇ ਵਿਖਾ ਦਿੰਦੇ ਹਾਂ, ਬਹਿ ਥੱਲੇ ਪੋਤੇ ਕਰਾਂ ਥਾਣ ਲਾਥ। ਲੈ ਲੈ ਵੀ ਜਵਾਨਾ, ਲੈ ਹੁਣ ਤੂੰ ਚੱਲ ਵੀ ਛੋਟੇ, ਚੱਲ ਓਏ ਪੁੱਤ ਤੂੰ ਆ ਥੱਲੇ ਇਧਰ, ਚੱਲ ਮੇਰਾ ਵੀਰ ਬੈਗ ਬੈਗ ਕੋਈ ਨਹੀਂ, ਫੇਰ ਲਾ ਲਾਂਗੇ, ਬਹਿ ਥੱਲੇ ਪੁੱਤ, ਬਹਿ, ਸਕੂਲੋਂ ਆਇਆ ਸਿੱਧੇ, ਕੋਈ ਗੱਲ ਨਹੀਂ, ਹਾਂ ਸਕੂਲੋਂ ਆਇਆ ਸਿੱਧਾ, ਲੈ ਇਹ ਕੋਈ ਗੱਲ ਹੀ ਨਹੀਂ ਆ, ਤੇ ਇਸ ਤੋਂ ਛੋਟਾ ਲੱਭਣਾ ਔਖਾ ਇੱਥੇ। ਹਾਂਜੀ, ਬਾਕੀ ਫੇਰ ਰੇਲ ਆ ਕਿਹੜਾ ਗਈ। ਲੈ ਦੋਸਤੋ, ਤਸੱਲੀਆਂ ਜਿੱਦਾਂ ਮਰਜ਼ੀ ਕਰੀ ਚੱਲੋ, ਠੰਡੀ ਧੀਰੀਆ ਸੀਰ ਸਲਾਗਾ, ਬਹੁਤੇ ਵੀਰਾਂ ਨੂੰ ਹੁੰਦਾ ਵੀ ਕੋਈ ਗਾਂ ਲੱਤ ਛੜ ਨਾ ਮਾਰੇ, ਨਹੀਂ ਲੱਤ ਛੜ ਮਾਰਨ ਦੇ ਕਰਮਾਲੀ ਨੂੰ ਪਤਾ ਹੀ ਨਹੀਂ ਆਦੇ, ਇੱਧਰ ਪੈਰ ਗੱਡ ਲੈਂਦੀ ਉਥੋਂ ਆਪ ਲਾਇਆ ਨਹੀਂ ਲੱਦੀ, ਆਹ ਵੇਖੋ। ਬਾਕੀ ਆਰਡਰ ਦੀ ਕੁਆਲਿਟੀ ਸੋਹਣੀ ਆ, ਥਣ ਪੂਰਾ ਮੁੱਠੀ ਆ। ਹਾਂਜੀ ਹਾਂਜੀ, ਠੀਕ ਆ ਜੀ, ਗੁਲਾਬੀ ਆਰਡਰ ਆ,
ਅਤੇ ਬਹੁਤ ਸੋਹਣੀ ਵੱਛੀ ਆ, ਬੋਦੀ ਵਾਲੀ ਆ, ਅਤੇ ਨਿਸ਼ਾਨ ਵੀਰੇ ਲਿਆ ਖੋਲ੍ਹ ਕੇ ਤੋੜ ਗਈ ਇੱਕ ਵਾਰੀ ਇਹਨੂੰ। ਬਾਕੀ ਦੋਸਤੋ ਚਲੋ ਕਰਮਾਂ ਨਾਲ ਹੀ ਪਸ਼ੂ ਕੋਈ ਚੰਗਾ ਮਿਲਦਾ, ਕਿਉਂਕਿ ਪਸ਼ੂ ਹਰ ਇੱਕ ਵੇਰ ਖਰੀਦਣ ਲਈ ਬਾਹਰ ਨਿਕਲਦਾ ਪੈਸੇ ਲੈ ਕੇ, ਅਤੇ ਕਿਤੇ ਨਾ ਕਿਤੇ ਪਸ਼ੂ ਕੋਈ ਮਾੜਾ ਚੰਗਾ ਨਾ ਪੈ ਜਾਵੇ ਕਿਸੇ ਨੂੰ। ਬਾਕੀ ਠੰਡੀ ਧੀਰੀ ਇਹ ਵੈੜ ਆ ਕਰਮਾਂ ਵਾਲੀ, ਜਿਹੜਾ ਵੀਰ ਲੈ ਜੂਗਾ ਠੀਕ ਆ ਯਾਦ ਰੱਖੂਗਾ ਸੋਹਣੀ ਵੈੜ। ਆਹ ਲਓ ਸਭ ਤੋਂ ਜਿਹੜੀ ਮੇਨ ਗੱਲ ਕਰਨ ਵਾਲੀ ਹੈ ਦੋਸਤੋ, ਥਣ ਬਹੁਤ ਉੱਚ ਕੁਆਲਿਟੀ ਦਾ ਹੈ, ਹੱਥੀ ਚਵਾਈ ਦਾ ਥਣ ਆ, ਮੁੱਠੀ ਥਣ ਆ, ਫੇਸ ਕੁਆਲਿਟੀ ਚੰਗੀ ਆ ਕਰਮਾਂ ਵਾਲੀ ਦੀ। ਬਾਕੀ ਦਿਨ 5-6 5-6 ਤੁਸੀਂ ਅਕਾਊਂਟ ਕਰ ਲਿਓ ਵੀ 5-6 ਕੁ ਦਿਨ ਹਜੇ ਕੱਢਦੀ ਆ, ਠੀਕ ਆ, ਲੈ ਜੂਗੀ ਦਿਨ ਸੂਨ 'ਚ 5-6, ਅਤੇ ਥਣ ਦੀ ਕੁਆਲਿਟੀ ਬਹੁਤ ਜ਼ਿਆਦਾ ਖੂਬਸੂਰਤ। ਜਿੰਨੀ ਵੈੜ ਹੈ ਵੀਰ ਜੀ ਚੰਗੀ ਹੈ, ਇੱਕ ਨੰਬਰ ਆ ਵੈੜ ਜਿੰਨੀ ਵੀ ਹੈਗੀ ਆਪਣੇ ਆਪ 'ਚ ਲੈ ਵੀ ਠੀਕ ਆ। ਨਿਸ਼ਾਨ ਵੀਰੇ ਮੁੱਲ ਕੀ ਕੀਤਾ ਫਿਰ ਲੈਣ? ਇਹਦਾ ਮੁੱਲ ਵੀਰ ਜੀ ਆਪਾਂ ਕਰਦੇ 52,000 ਰੁਪਇਆ। ਹਾਂਜੀ ਹਾਂ ਨਾ ਵੀਰ ਜੀ, ਇਹ 50,000 ਦੀ ਵੈੜ ਦੇ ਦਾਂਗੇ। 50 ਦੀ? ਹਾਂਜੀ ਲਓ ਵੀ 50,000 ਦੀ ਦੋਸਤੋ। ਹੋਰ ਵੀ ਕੋਈ ਮਾਨਤਾ ਨੂੰਗਾ ਵੀਰ ਜੀ, ਹੋਰ ਕਰ ਦਾਂਗੇ ਯਾਰ, ਹੋਰ ਵੀ ਕਰ ਦਿਓ ਖੁੱਲਾ, ਜਿੰਨਾ ਵੀ ਹੋਇਆ ਵਿੱਚੋਂ ਗੁੰਜਾਇਸ਼ ਕਰ ਦਾਂਗੇ ਵੀਰ ਜੀ। ਕੋਈ ਭੈਣ ਭਰਾ ਆਵੇ ਚਾਹ ਬਣ ਹੋਇਆ ਤਾਂ ਮੁੜੇ ਨਾ, ਹੈ ਨਹੀਂ ਮੁੜ ਦਿੰਦੇ, ਮੁੜ ਨਹੀਂ ਦਿੰਦੇ ਮਾੜੀ ਜੀ ਜਿਹੜਾ ਵੈੜ ਤੇ ਆ ਗਿਆ ਬਾਬਾ ਜੀ। ਦੋਸਤੋ ਵੈੜ ਤੁਸੀਂ ਪ੍ਰੋਪਰ ਦੇਖ ਲਈ ਆ, ਕੋਈ ਛੱਡ ਕੇ ਨਹੀਂ ਜਾਂਦਾਗਾ। ਬਾਕੀ ਕਰੋਸ ਅੰਗ ਦੇ ਵਿੱਚ ਆ ਅਤੇ ਜਰਸੀ ਵੈੜਾਂ ਖਰੀਦਣੀਆਂ ਵੀ ਬਹੁਤੇ ਵੀਰ ਪਸੰਦ ਕਰਦੇ ਆ, ਉਹਨਾਂ ਲਈ ਜਿਹੜੀ ਆ ਤੋਹਫਾ ਚੀਜ਼ ਆ, ਠੀਕ ਆ, ਜ਼ਰੂਰ ਤੁਸੀਂ ਹੱਥ ਪਾ ਲਿਓ, ਚੰਗੀ ਵੈੜ ਆ ਜਰਸੀ ਦੀ, ਇੱਕ ਨੰਬਰ ਵੈੜ ਆ, ਕੋਈ ਗੱਲ ਹੀ ਨਹੀਂ ਹੈਗੀ। ਬਿਲਕੁਲ ਜੀ ਨਿਸ਼ਾਨ ਭਾਈ, ਅੱਗੇ ਸੈਕਿੰਡ ਨੰਬਰ 'ਤੇ ਜਿਹੜੀ ਆਪਣੇ ਕੋਲ ਵੈੜ ਆ, ਹਾਂਜੀ ਇਹ ਸੂਈ ਆ ਜੀ। ਅੱਛਾ ਜੀ, ਇਹਨੂੰ ਲਗਭਗ ਅੱਜ 12 ਦਿਨ ਹੋ ਗਏ ਸੂਈ ਨੂੰ। 12 ਕੁ ਦਿਨ ਹੋ ਗਏ? ਹਾਂਜੀ, ਇਹਦੇ ਪਿੱਛੇ ਵੱਛੀ ਆ ਵੀਰੇ। ਲਓ ਜੀ ਮਗਰ ਵੱਛੀ ਹੈ, ਤੇ ਸੂਆ ਕਿਨ ਮੈਂ ਦੂਜਾ ਕਿ ਤੀਜਾ? ਦੂਜਾ ਵੀਰੇ, ਦੂਜਾ ਦੂਜਾ। ਹਾਂਜੀ 12 ਦਿਨਾਂ ਦੀ ਸੂਈ ਹੈ ਤੇ ਮਗਰ ਵੱਛੀ ਆ। ਹਾਂਜੀ ਹਾਂਜੀ, ਦੁੱਧ ਹੁਣ ਕਿੰਨਾ ਥੱਲੇ? ਦੁੱਧ ਵੀਰ ਜੀ ਥੱਲੇ ਪੱਕਾ 14 ਕਿਲੋ। 14 ਕਿਲੋ? ਹਾਂਜੀ ਠੀਕ ਆ ਜੀ। ਤਾਂ ਦੋਸਤੋ 14 ਕਿਲੋ ਨੈੱਟ ਦੁੱਧ ਜਿਹੜਾ ਇਹਦੇ ਥੱਲੇ ਆ ਹੁਣ, 12 ਦਿਨਾਂ ਦੀ ਸੂਈ ਆ। ਅਤੇ ਬਾਕੀ ਆਰਡਰ ਦੀ ਕੁਆਲਿਟੀ ਇੱਕ ਵਾਰੀ ਤੁਹਾਨੂੰ ਥੋੜ੍ਹਾ ਹੋਰ ਨੇੜਿਓਂ ਦਿਖਾ ਦਈਏ, ਠੀਕ ਆ ਜੀ, ਆ ਰਿਹਾ। ਆਹ ਲਓ ਜੀ ਠੀਕ ਆ ਜੀ, ਥਣ ਭਾਂਡੇ ਦੀ ਇਹ ਵੀ ਬੜੀ ਖੁੱਲ੍ਹੀ ਇੱਧਰ ਰੱਖੋ। ਠੀਕ ਆ ਜੀ, ਇਹ ਵੀ ਵੰਗਾ ਵੰਗਾ ਪਾ ਲੈਂਦੇ ਆ ਕਿ ਨਿਸ਼ਾਨ? ਵੀਰ ਜੀ ਆਪਣੀ ਮਰਜ਼ੀ ਆ, ਵੰਗਾ ਪਾਉਣਾ ਪਾਈਏ ਨਾ ਹੀ ਪਾਉਣਾ ਤੇ ਨਾ ਪਾਈਏ, ਭੁੱਲ ਤੇ ਨਹੀਂ ਚੋਣ ਲੱਗੀ। ਹਾਂ ਓਦਾਂ ਨਹੀਂ ਕੋਈ ਗੱਲ। ਲਓ ਜੀ ਠੀਕ ਹੈ ਜੀ, ਉਹ ਦੱਸੋ ਦੂਜਾ ਸੂਆ ਠੀਕ ਆ, ਅਤੇ ਦੁੱਧ ਵੀ ਤੁਹਾਨੂੰ ਦੱਸ ਹੀ ਦਿੱਤਾ ਵੀਰ ਨੇ ਵੀ 14 ਕਿਲੋ ਆ, ਮਗਰ ਆਹ ਵੱਛੀ ਫੀਮੇਲ ਠੀਕ ਆ। ਲੈ ਵੀਰ ਨਿਸ਼ਾਨ ਇਹ ਵੀ ਤੋਰ ਦਈਏ ਇੱਕ ਵਾਰੀ, ਠੀਕ ਆ। ਸੋ ਬਾਕੀ ਦੋਸਤੋ ਆਓ ਆਪਣੀ 2 ਟਾਈਮ ਚੋਲੋ, 1 ਟਾਈਮ ਚੋਲੋ, ਜਿੱਦਾਂ ਵੀ ਕਿਸੇ ਵੀਰ ਦੀ ਤਸੱਲੀ ਉੱਦਾਂ ਹੀ ਕਰ ਲਓ। ਦੂਰ ਨੇੜਿਓਂ ਕੋਈ ਵੀਰ ਸੰਪਰਕ ਕਰਦਾ ਤਾਂ ਵੀਡੀਓ ਕਾਲ 'ਤੇ ਆਪਣੀ ਚਵਾਈ ਕਰਵਾ ਕੇ ਤਸੱਲੀ ਕਰ ਸਕਦੇ ਜੇ, ਠੀਕ ਆ। ਇਸ ਵੈੜ ਦਾ ਕੱਦ ਵੀ ਜਿਹੜਾ ਦੋਸਤੋ ਵੱਡਾ, ਠੀਕ ਆ, ਵੱਡੇ ਕੱਦ ਦੇ ਵੱਡੇ ਕੱਦ ਦੀ ਵੀਰ ਜੀ, ਬਿਲਕੁਲ ਵੱਡੇ ਕੱਦ 'ਚ ਆਉਂਦੀ ਆ। ਦੁੱਧ ਵੀਰ ਜੀ ਕਰਮਾਲੀ ਕੱਢੂ 16-17 ਕਿਲੋ। ਠੀਕ ਹੈ ਜੀ, ਇਸ ਟਾਈਮ ਦੁੱਧ ਇਹਦੇ ਥੱਲੇ 14 ਕਿਲੋ ਆ ਤਿਆਰ। ਠੀਕ ਹੈ ਜੀ ਠੀਕ ਹੈ। ਲਓ ਜੀ ਠੀਕ ਹੈ ਨਿਸ਼ਾਨ ਭਾਈ, ਤੋਰ ਲਈਏ। ਠੀਕ ਹੈ ਜੀ, ਲਓ ਦੋਸਤੋ ਹਵਾਨਾ ਲੇਵਾ ਅਗਾਂਹ ਨੂੰ ਤੱਕ ਵਧੇਰੇ ਹੈਗੀ ਆ। ਬਾਕੀ 14 ਕਿਲੋ ਵੀਰ ਜੀ, ਬਾਕੀ ਥਣ ਮੱਝ ਵਾਲਾ ਲੱਗਾ ਇੱਧਰ ਰੱਖੋ, ਥਣ ਥਣ ਕੁਆਲਿਟੀ ਚੈੱਕ ਕਰੋ। ਲਓ ਜੀ ਠੀਕ ਆ ਨਿਸ਼ਾਨ ਵੀਰੇ, ਕੀ ਮੁੱਲ ਫਿਰ ਇਹਦਾ ਕੀਤਾ ਜੀ? ਇਹਦਾ ਮੁੱਲ ਵੀਰ ਜੀ 48,000 ਰੁਪਇਆ। 48,000? ਹਾਂ ਨਾ, ਇਹ ਗਾਂ ਤੁਹਾਨੂੰ ਦੇ ਦਾਂਗੇ 47,000 ਰੁਪਈਏ ਦੀ ਵੀਰ ਜੀ। ਠੀਕ ਹੈ ਜੀ, ਹਾਂਜੀ 47 ਦੀ ਹਾਂ ਨਾ ਹੀ ਆ, ਕੋਈ ਨਹੀਂ ਕਰ ਦਾਂਗੇ ਛੋਟ ਹੋਰ।
ਠੀਕ ਹੈ ਜੀ, ਮਾਨਤਾਨ ਕਰਾਂਗੇ ਕੋਈ ਨਹੀਂ, 47 ਹਜ਼ਾਰ ਦੀ ਜੈਸਨ, ਉਹਦੇ ਵਿੱਚੋਂ ਵੀ ਛੋਟ ਚਾਪਾ ਹੋਜੂਗਾ, ਕੋਈ ਫਿਕਸ ਰੇਟ ਨਹੀਂ ਗਾ, ਜਿੰਨਾ ਵੀ ਕੋਈ ਵਿੱਚੋਂ ਪਿਆਰ ਮਾਨਤਾਨ ਬਣਦਾ ਜਿਹੜੇ ਵੀ ਕਿਸੇ ਖਰੀਦਦਾਰ ਵੀ ਜ਼ਰੂਰ ਜ਼ਰੂਰ ਵੀਰ ਜੀ ਜ਼ਰੂਰ ਕਰਾਂਗੇ ਹੋਜੂਗਾ। ਠੀਕ ਹੈ, ਬੈਡ ਇੱਕ ਨੰਬਰੀ, ਚਵਾਈ ਵੀ ਇੱਕ ਨੰਬਰੀ, ਕੋਈ ਭੂਰ ਨਹੀਂ, ਕੋਈ ਛਿਟਾ ਨਹੀਂ ਵੀਰ ਜੀ। ਬਿਲਕੁਲ ਜੀ ਬਿਲਕੁਲ, ਅਤੇ ਨਿਸ਼ਾਨ ਵੀਰੇ ਦੋ ਐਨੀਮਲ ਅੱਜ ਆਪਣੇ ਕੋਲ? ਹਾਂਜੀ ਹਾਂਜੀ, ਦੋ ਬੈਡਾਂ ਵੀਰ ਜੀ ਅੱਜ ਆਪਣੇ ਕੋਲ। ਠੀਕ ਹੈ ਜੀ, ਹਾਂਜੀ, ਅਤੇ ਨੰਬਰ ਬੋਲ ਦਈਏ ਆਪਣੇ? ਨੰਬਰ ਵੀਰੇ 84-373-2006-99-86-6035 ਵੀਰੇ। ਠੀਕ ਹੈ ਜੀ, ਹਾਂਜੀ, ਲਓ ਦੋਸਤੋ ਨੰਬਰ ਬਿਲਕੁਲ ਸਕਰੀਨ 'ਤੇ ਲੱਗ ਚੁੱਕਾ। ਬਾਕੀ ਜਰਸੀ ਬੈਡ ਦੇ ਵੀਰ ਜੀ ਵੇਖੋ, ਇੰਨੀ ਜਾਈ ਠੰਡੀ ਹੈ ਨਾ, ਬੱਚੇ ਭਾ ਕੇ ਵਿਖਾ ਤੇ ਤੁਹਾਨੂੰ ਥੱਲੇ। ਨਾ ਬਿਲਕੁਲ, ਵੀ ਇਹ ਨਹੀਂ ਵੀ ਕੱਲ੍ਹ ਨੂੰ ਕੋਈ ਸੂਹ ਪਊਗੀ ਤਾਂ ਵੰਗਾ ਪਾਉਣ ਦੀ ਲੋੜ ਪਊ, ਵੰਗਾ ਪਾਉਣ ਦੀ ਵੀ ਇਹਨੂੰ ਲੋੜ ਨਹੀਂ ਕਰਮਾਲੀ ਨੂੰ ਹੈਗੀ। ਲਓ ਵੀ ਦੋਸਤੋ, ਠੀਕ ਹੈ ਜੀ, ਤੇ ਇਹ ਉਹ ਬੈਡ ਆ ਵੀ ਜਿਹੜਾ ਵੀ ਇੱਕ ਬੰਦਾ ਬੈਠਾ ਨੂੰ ਕੰਮ ਪੈ ਗਿਆ ਤੇ ਭੱਜ ਕੇ ਦੂਜਾ ਆ ਕੇ ਬਹਿ ਜਾ ਥੱਲੇ, ਕੋਈ ਗੱਲ ਨਹੀਂ, ਇਹ ਨਹੀਂ ਬਾਲਟੀ ਨੂੰ ਲੱਤ ਮਾਰੂ, ਬਾਲਟੀ ਕਿਤੇ ਤੇ ਦੁੱਧ ਕਿਤੇ ਹੋਊਗਾ, ਇਹ ਕੰਮ ਨਹੀਂ ਹੈਗਾ ਜਰਸੀ ਦੇ ਵਿੱਚ ਉੱਕਾ। ਬਿਲਕੁਲ ਠੰਡੀ ਧੀਰੀ ਆ ਦੋਸਤੋ, ਗੱਲ ਮੁੱਕਦੀ ਆ ਵੀ ਬਹੁਤ ਸੋਹਣੀ ਆ, ਪੂਰੀ ਟੌਪ ਦੀ ਆ। ਠੀਕ ਆ ਜੀ, ਜਿੱਥੇ ਬਣਤੀ ਕਰਮ ਵਾਲੀ, ਨਾ ਕੋਈ ਆਉਣ ਵਾਲੇ ਸਮਝ 'ਚ ਗਰਮੀ ਦਾ ਨਾ ਸਰਦੀ ਦਾ, ਠੰਡੀ ਧੀਰੀ ਆ, ਬਾਕੀ ਦੁੱਧਾਂ ਦੀ ਕਪੈਸਿਟੀ ਚੰਗੀ ਰਹੂਗੀ। ਬਾਕੀ ਹਰ ਇੱਕ ਵੀਰ ਦੀ ਅੱਗੇ ਸੋਚ ਅੱਗੇ ਸਮਝ, ਅਤੇ ਦੋ ਬੜਾ ਵਿਕਾਊ ਨੇ ਵੀਰ ਨਿਸ਼ਾਨ ਦੇ ਕੋਲ, ਦੋਵੇਂ ਖਰੀਦਣ ਵਾਲੀਆਂ। ਜਿਹੜਾ ਕੋਈ ਵੀਰ ਮੌਕੇ 'ਤੇ ਦੁੱਧ ਤਿਆਰ ਵਾਲੀ ਚਾਹੁੰਦਾ ਤਾਂ ਤੁਸੀਂ ਇਹ ਬੈਡ ਖਰੀਦ ਸਕਦੇ ਜੀ, 14 ਕਿਲੋ ਨੈੱਟ ਦੁੱਧ ਜਿਹਦੇ ਥੱਲੇ ਹਾਜ਼ਰ ਆ। ਅਤੇ ਜਿਹੜੇ ਵੀਰ ਨੂੰ ਲੱਗਦਾ ਵੀ ਕੁਝ ਜਰਸੀ ਬਰੀਡ ਦੇ ਵਿੱਚ ਜਾਂ ਕ੍ਰੋਸ ਦੇ ਵਿੱਚ ਖਰੀਦਣੀ ਆ, ਜਰਸੀ ਦਾ ਸ਼ੌਕੀਨ ਆ, ਉਹ ਜਰਸੀ ਅਵੇਲੇਬਲ ਹੈਗੀ ਆ। ਨੰਬਰ ਸਕਰੀਨ 'ਤੇ ਲੱਗ ਚੁੱਕਾ ਦੋਸਤੋ, ਨੰਬਰਾਂ 'ਤੇ ਤੁਸੀਂ ਕਾਲ ਕਰ ਲਿਓ। ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ, ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।